हाँ जी विजयपाल जी, कदों है सी तोड़ा मिनी गैस्ट्रिक बाईपास? 13 महीने हो गए। 13 महीने हो गए। हाँ कितना भार सी तोड़ा ऑपरेशन तो पहले? 118 किलो। आज कितना? 89 किलो। अच्छा जी, 39-40 किलो भार घट गया था। हाँ जी। और की दिक्कत आनी सी ऑपरेशन तो पहले? पहले ये बीपी लगा दी गया सी, थोड़ा अच्छा। थोड़ा सा शुगर भी सी। अच्छा, बाकी वेट ना वध सी गए सी। ठीक है, ते शुगर कितनी पुरानी थी तुहाडी? शुगर का ये थोड़े चिर दा सी, 5-4 साल। 5-4 साल तो? हाँ जी। ਕੀ ਲੈਂਦੇ ਸੀ ਉਹਨੂੰ ਕੰਟਰੋਲ ਕਰ ਲਈ ਤੁਸੀਂ? ਗੋਲੀ ਲੈਂਦੇ ਸੀ। ਗੋਲੀ ਨਾਲ ਕੰਟਰੋਲ ਲੈਂਦੀ ਸੀ? ਹਾਂਜੀ। ਆਪਰੇਸ਼ਨ ਤੋਂ ਬਾਅਦ ਕਿਵੇਂ ਸ਼ੁਗਰ ਤੁਹਾਡੀ? ਠੀਕ ਹੈ ਜੀ। ਮੇਰੇ ਗੋਲੀ ਲੈਣੀ ਹੁਣ ਕੋਈ? ਨਹੀਂ ਜੀ। ਕਿੰਨੇ ਟਾਈਮ ਬਾਅਦ ਗੋਲੀ ਲੈਣੀ ਬੰਦ ਕਰਤੀ ਸੀ? ਗੋਲੀ ਕੁਛ ਦਿਨ ਹੀ ਲਈ ਸੀ, ਮਹੀਨਾ ਸਵਾ ਮਹੀਨਾ, ਉਸ ਤੋਂ ਬਾਅਦ ਬੰਦ ਹੋ ਗਈ ਸੀ। ਹੁਣ ਸ਼ੁਗਰ ਨਾਰਮਲ ਰਹਿੰਦੀ ਹੈ? ਹਾਂਜੀ। ਤੁਹਾਡੀ ਸ਼ੁਗਰ ਠੀਕ ਹੋ ਗਈ ਹੈ? ਹਾਂਜੀ। ਹੋਰ ਕਿਵੇਂ ਮਹਿਸੂਸ ਕਰਦੇ ਹੋ ਆਪਰੇਸ਼ਨ ਤੋਂ ਬਾਅਦ? ਹੁਣ ਇਹ ਠੀਕ ਹੈ ਜੀ। ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ 'ਚ ਕਿੰਨਾ ਫਰਕ ਲੱਗਦਾ ਤੁਹਾਨੂੰ? ਕਾਫੀ ਹੈ ਜੀ। ਹੁਣ ਤੋਰਾ ਫਿਰਾ ਹੋ ਜਾਂਦਾ, ਅੱਗੇ ਤੁਰੀ ਜਾਣੀ ਸੀ। ਠੀਕ ਹੈ ਜੀ। ਆਪਰੇਸ਼ਨ ਵੇਲੇ ਜਾਂ ਆਪਰੇਸ਼ਨ ਤੋਂ ਬਾਅਦ ਕੋਈ ਦਿੱਕਤ ਆਈ ਤੁਹਾਨੂੰ? ਨਹੀਂ ਹੈ ਜੀ। ਠੀਕ ਹੈ। ਉਲਟੀ ਵਗੈਰਾ ਤਾਂ ਨਹੀਂ ਆਉਂਦੀ? ਨਹੀਂ ਹੈ ਜੀ। ਠੀਕ ਹੈ ਜੀ। ਮਲਟੀ ਵਿਟਾਮਿਨ ਦੀ ਗੋਲੀਆਂ ਜਿਹੜੀਆਂ ਉਹ ਲਈ ਜਾਂਦੇ ਰੈਗੂਲਰਲੀ ਤੁਸੀਂ? ਪਹਿਲਾਂ 2 ਲੈਂਦੇ ਸੀ ਜੀ, ਹੁਣ 1 ਲਈ ਗਏ ਜੀ। ਠੀਕ ਹੈ, ਲਈ ਜਾਂਦੇ ਉਹਨਾਂ ਰੈਗੂਲਰਲੀ? ਉਹ ਲੈਂਦੇ ਰਹਿਣਾ ਤੇ ਆਪਣੀ ਡਾਈਟ ਵੀ ਵਧੀਆ ਲੈਣੀ ਹੈ ਤਾਂ ਜੋ ਤੁਹਾਨੂੰ ਕੋਈ ਕਮਜ਼ੋਰੀ ਨਾ ਆਵੇ, ਤੇ ਟੈਸਟ ਵੀ ਕਰਾਉਂਦੇ ਰਹਿਣਾ ਬਲੱਡ ਦੇ। ਠੀਕ ਹੈ ਜੀ। ਥੈਂਕ ਯੂ।